ਭਾਜੀ ਗੱਡੀ ਬਿਲਕੁਲ ਤੇਜ਼ ਆ ਰਹੀ ਸੀ, ਧੁੰਦ ਪੂਰੀ ਆ, ਇਹਨੇ ਲੈ ਕੇ ਸਿੱਧੀ ਟਰੈਕਟਰ ਚੜ੍ਹਦੀ, ਮੇਰੀ ਗੱਡੀ ਇੱਥੇ ਆਈ ਆ, ਠੀਕ ਹੈ। ਸਰੀਏ ਟੁੱਟ ਕੇ ਮੇਰੀ ਗੱਡੀ ਦੇ ਵਿੱਚ ਬਿਲਕੁਲ ਵੱਜ ਗਏ ਸ਼ੀਸ਼ਾ, ਅੱਗੋਂ ਗੱਡੀ ਮੇਰੀ ਡੈਮੇਜ ਹੋ ਗਈ ਅਤੇ ਮੈਂ ਮਹਾਂ ਵਜਿਆ। ਸਿਰਫ ਇੱਕ ਆਪਣੇ ਜਿਹੜੇ ਇੱਥੋਂ ਦੇ ਵਿਧਾਇਕ ਸਾਹਿਬ ਨੂੰ ਬੇਨਤੀ ਕਰਦਾ, ਇਹਨਾਂ ਦਾ ਕੋਈ ਫਾਇਦਾ ਨਹੀਂ, ਉੰਨੀ ਕੁ ਸੜਕ ਕਿਉਂ ਨਹੀਂ ਲੰਘਣਗੇ ਡਿਵਾਈਡਰ ਬਣਾ ਕੇ, ਡੇਲੀ ਇੱਥੇ ਨੁਕਸਾਨ ਹੁੰਦੇ ਆ। ਆਹ ਬਿਲਕੁਲ ਘਟੀਆ ਕੰਮ ਵਿਧਾਇਕ ਸਾਹਿਬ ਨੇ ਕੀਤਾ, ਬਿਲਕੁਲ ਘਟੀਆ। ਫੱਟਾ ਫੁੱਟਾ ਲੱਗੀਆਂ ਬਿਲਕੁਲ, ਸਵਾਰੀਆਂ ਜਿਹੜੀਆਂ ਸਵਾਰੀਆਂ ਮੂੰਹ ਦੰਦ ਵਿਚਾਰਿਆਂ ਦੇ ਟੁੱਟੇ ਪਏ, ਬੁਰਾ ਹਾਲ, ਲੇਡੀਜ਼ ਜ਼ਿਆਦੀਆਂ ਸੀ ਇਹਦੇ ਵਿੱਚ, ਸਾਰਿਆਂ ਦੇ ਮੂੰਹ ਸਿਰ ਪੱਟੇ ਪਏ ਵਿਚਾਰੀਆਂ। ਹੋਸਪਿਟਲ ਲੈ ਕੇ ਗਏ? ਬਿਲਕੁਲ ਹੋਸਪਿਟਲ ਗਈਆਂ, ਸਾਰੇ ਆਪਣੇ ਉਹਨਾਂ ਵਿਚਾਰਿਆਂ ਦੇ ਆਏ ਆ ਤੇ ਉਹ ਲੈ ਕੇ ਗਏ ਆ। ਸਰਕਾਰੀ ਹੋਸਪਿਟਲ? ਸਰਕਾਰੀ ਹੋਸਪਿਟਲ ਕੋਈ ਤਰਨ ਤਾਰਨ ਲੈ ਗਿਆ ਕੋਈ ਕਿਤੇ, ਪਰ ਆਹ ਡਰਾਈਵਰ ਦੀ ਨਗੇਲੀ ਦੇ ਕਾਰਨ ਸਾਰਾ ਕੁਝ ਹੋਇਆ। ਬਸ ਕੀ ਮੰਗ ਕਰਦੇ? ਮੰਗ ਕੁਛ ਨੀ, ਬਸ ਆਹੋ ਢਵਾ ਦੇਣੇ ਇੰਨਾ ਹੀ ਬੜਾ, ਆਹ ਜਿਹੜੀਆਂ ਚੀਜ਼ਾਂ ਬਣਾਈਆਂ ਨੇ ਵਿੱਚ ਇਹਨਾਂ ਨੇ ਇਹੋ ਢਵਾ ਦੇਣੇ ਇੰਨਾ ਹੀ ਬੜਾ, ਇੱਥੇ ਡੇਲੀ ਨੁਕਸਾਨ ਕੋਈ ਨਾ ਕੋਈ ਹੁੰਦਾ ਹੀ ਰਹਿੰਦਾ। ਆਹ ਤੁਸੀਂ ਖੁਦ ਵੇਖੋ, ਆਹ ਸੜਕ ਨੰਗਣ ਦੇ ਕ੍ਰੋਸ ਯੋਗ ਹੈਗੀ ਆ, ਇੱਕ ਪਾਸੇ ਛਪੈਦੇ ਆ, ਇੱਕ ਪਾਸੇ ਸਾਰੇ ਗਾਈਡਰ ਵਿੱਚ ਓਡੀ ਸੜਕ ਦੇ ਓਡੇ ਹੀ ਇਹ ਬਣਾ ਦਿੱਤੇ ਇਹਨਾਂ ਨੇ। ਭਾਜੀ ਗੱਡੀ ਬਿਲਕੁਲ ਤੇਜ਼ ਆ ਰਹੀ ਸੀ, ਧੁੰਦ ਪੂਰੀ ਆ, ਇਹਨੇ ਲੈ ਕੇ ਸਿੱਧੀ ਟਰੈਕਟਰ ਚੜ੍ਹਦੀ, ਮੇਰੀ ਗੱਡੀ ਇੱਥੇ ਆਈ ਆ, ਠੀਕ ਹੈ। ਸਰੀਏ ਟੁੱਟ ਕੇ ਮੇਰੀ ਗੱਡੀ ਦੇ ਵਿੱਚ ਬਿਲਕੁਲ ਵੱਜ ਗਏ ਸ਼ੀਸ਼ਾ, ਅੱਗੋਂ ਗੱਡੀ ਮੇਰੀ ਡੈਮੇਜ ਹੋ ਗਈ ਅਤੇ ਮੈਂ ਮਹਾਂ ਵਜਿਆ। ਸਿਰਫ ਇੱਕ ਆਪਣੇ ਜਿਹੜੇ ਇੱਥੋਂ ਦੇ ਵਿਧਾਇਕ ਸਾਹਿਬ ਨੂੰ ਬੇਨਤੀ ਕਰਦਾ, ਇਹਨਾਂ ਦਾ ਕੋਈ ਫਾਇਦਾ ਨਹੀਂ, ਉੰਨੀ ਕੁ ਸੜਕ ਕਿਉਂ ਨਹੀਂ ਲੰਘਣਗੇ ਡਿਵਾਈਡਰ ਬਣਾ ਕੇ, ਡੇਲੀ ਇੱਥੇ ਨੁਕਸਾਨ ਹੁੰਦੇ ਆ। ਆਹ ਬਿਲਕੁਲ ਘਟੀਆ ਕੰਮ ਵਿਧਾਇਕ ਸਾਹਿਬ ਨੇ ਕੀਤਾ, ਬਿਲਕੁਲ ਘਟੀਆ। ਫੱਟਾ ਫੁੱਟਾ ਲੱਗੀਆਂ ਬਿਲਕੁਲ, ਸਵਾਰੀਆਂ ਜਿਹੜੀਆਂ ਸਵਾਰੀਆਂ ਮੂੰਹ ਦੰਦ ਵਿਚਾਰਿਆਂ ਦੇ ਟੁੱਟੇ ਪਏ, ਬੁਰਾ ਹਾਲ, ਲੇਡੀਜ਼ ਜ਼ਿਆਦੀਆਂ ਸੀ ਇਹਦੇ ਵਿੱਚ, ਸਾਰਿਆਂ ਦੇ ਮੂੰਹ ਸਿਰ ਪੱਟੇ ਪਏ ਵਿਚਾਰੀਆਂ। ਹੋਸਪਿਟਲ ਲੈ ਕੇ ਗਏ? ਬਿਲਕੁਲ ਹੋਸਪਿਟਲ ਗਈਆਂ, ਸਾਰੇ ਆਪਣੇ ਉਹਨਾਂ ਵਿਚਾਰਿਆਂ ਦੇ ਆਏ ਆ ਤੇ ਉਹ ਲੈ ਕੇ ਗਏ ਆ। ਸਰਕਾਰੀ ਹੋਸਪਿਟਲ? ਸਰਕਾਰੀ ਹੋਸਪਿਟਲ ਕੋਈ ਤਰਨ ਤਾਰਨ ਲੈ ਗਿਆ ਕੋਈ ਕਿਤੇ, ਪਰ ਆਹ ਡਰਾਈਵਰ ਦੀ ਨਗੇਲੀ ਦੇ ਕਾਰਨ ਸਾਰਾ ਕੁਝ ਹੋਇਆ। ਬਸ ਕੀ ਮੰਗ ਕਰਦੇ? ਮੰਗ ਕੁਛ ਨੀ, ਬਸ ਆਹੋ ਢਵਾ ਦੇਣੇ ਇੰਨਾ ਹੀ ਬੜਾ, ਆਹ ਜਿਹੜੀਆਂ ਚੀਜ਼ਾਂ ਬਣਾਈਆਂ ਨੇ ਵਿੱਚ ਇਹਨਾਂ ਨੇ ਇਹੋ ਢਵਾ ਦੇਣੇ ਇੰਨਾ ਹੀ ਬੜਾ, ਇੱਥੇ ਡੇਲੀ ਨੁਕਸਾਨ ਕੋਈ ਨਾ ਕੋਈ ਹੁੰਦਾ ਹੀ ਰਹਿੰਦਾ। ਆਹ ਤੁਸੀਂ ਖੁਦ ਵੇਖੋ, ਆਹ ਸੜਕ ਨੰਗਣ ਦੇ ਕ੍ਰੋਸ ਯੋਗ ਹੈਗੀ ਆ, ਇੱਕ ਪਾਸੇ ਛਪੈਦੇ ਆ, ਇੱਕ ਪਾਸੇ ਸਾਰੇ ਗਾਈਡਰ ਵਿੱਚ ਓਡੀ ਸੜਕ ਦੇ ਓਡੇ ਹੀ ਇਹ ਬਣਾ ਦਿੱਤੇ ਇਹਨਾਂ ਨੇ। ਭਾਜੀ ਗੱਡੀ ਬਿਲਕੁਲ ਤੇਜ਼ ਆ ਰਹੀ ਸੀ, ਧੁੰਦ ਪੂਰੀ ਆ, ਇਹਨੇ ਲੈ ਕੇ ਸਿੱਧੀ ਟਰੈਕਟਰ ਚੜ੍ਹਦੀ, ਮੇਰੀ ਗੱਡੀ ਇੱਥੇ ਆਈ ਆ, ਠੀਕ ਹੈ। ਸਰੀਏ ਟੁੱਟ ਕੇ ਮੇਰੀ ਗੱਡੀ ਦੇ ਵਿੱਚ ਬਿਲਕੁਲ ਵੱਜ ਗਏ ਸ਼ੀਸ਼ਾ, ਅੱਗੋਂ ਗੱਡੀ ਮੇਰੀ ਡੈਮੇਜ ਹੋ ਗਈ ਅਤੇ ਮੈਂ ਮਹਾਂ ਵਜਿਆ। ਸਿਰਫ ਇੱਕ ਆਪਣੇ ਜਿਹੜੇ ਇੱਥੋਂ ਦੇ ਵਿਧਾਇਕ ਸਾਹਿਬ ਨੂੰ ਬੇਨਤੀ ਕਰਦਾ, ਇਹਨਾਂ ਦਾ ਕੋਈ ਫਾਇਦਾ ਨਹੀਂ, ਉੰਨੀ ਕੁ ਸੜਕ ਕਿਉਂ ਨਹੀਂ ਲੰਘਣਗੇ ਡਿਵਾਈਡਰ ਬਣਾ ਕੇ, ਡੇਲੀ ਇੱਥੇ ਨੁਕਸਾਨ ਹੁੰਦੇ ਆ। ਆਹ ਬਿਲਕੁਲ ਘਟੀਆ ਕੰਮ ਵਿਧਾਇਕ ਸਾਹਿਬ ਨੇ ਕੀਤਾ, ਬਿਲਕੁਲ ਘਟੀਆ। ਫੱਟਾ ਫੁੱਟਾ ਲੱਗੀਆਂ ਬਿਲਕੁਲ, ਸਵਾਰੀਆਂ ਜਿਹੜੀਆਂ ਸਵਾਰੀਆਂ ਮੂੰਹ ਦੰਦ ਵਿਚਾਰਿਆਂ ਦੇ ਟੁੱਟੇ ਪਏ, ਬੁਰਾ ਹਾਲ, ਲੇਡੀਜ਼ ਜ਼ਿਆਦੀਆਂ ਸੀ ਇਹਦੇ ਵਿੱਚ, ਸਾਰਿਆਂ ਦੇ ਮੂੰਹ ਸਿਰ ਪੱਟੇ ਪਏ ਵਿਚਾਰੀਆਂ। ਹੋਸਪਿਟਲ ਲੈ ਕੇ ਗਏ? ਬਿਲਕੁਲ ਹੋਸਪਿਟਲ ਗਈਆਂ, ਸਾਰੇ ਆਪਣੇ ਉਹਨਾਂ ਵਿਚਾਰਿਆਂ ਦੇ ਆਏ ਆ ਤੇ ਉਹ ਲੈ ਕੇ ਗਏ ਆ। ਸਰਕਾਰੀ ਹੋਸਪਿਟਲ? ਸਰਕਾਰੀ ਹੋਸਪਿਟਲ ਕੋਈ ਤਰਨ ਤਾਰਨ ਲੈ ਗਿਆ ਕੋਈ ਕਿਤੇ, ਪਰ ਆਹ ਡਰਾਈਵਰ ਦੀ ਨਗੇਲੀ ਦੇ ਕਾਰਨ ਸਾਰਾ ਕੁਝ ਹੋਇਆ। ਬਸ ਕੀ ਮੰਗ ਕਰਦੇ? ਮੰਗ ਕੁਛ ਨੀ, ਬਸ ਆਹੋ ਢਵਾ ਦੇਣੇ ਇੰਨਾ ਹੀ ਬੜਾ, ਆਹ ਜਿਹੜੀਆਂ ਚੀਜ਼ਾਂ ਬਣਾਈਆਂ ਨੇ ਵਿੱਚ ਇਹਨਾਂ ਨੇ ਇਹੋ ਢਵਾ ਦੇਣੇ ਇੰਨਾ ਹੀ ਬੜਾ, ਇੱਥੇ ਡੇਲੀ ਨੁਕਸਾਨ ਕੋਈ ਨਾ ਕੋਈ ਹੁੰਦਾ ਹੀ ਰਹਿੰਦਾ। ਆਹ ਤੁਸੀਂ ਖੁਦ ਵੇਖੋ, ਆਹ ਸੜਕ ਨੰਗਣ ਦੇ ਕ੍ਰੋਸ ਯੋਗ ਹੈਗੀ ਆ, ਇੱਕ ਪਾਸੇ ਛਪੈਦੇ ਆ, ਇੱਕ ਪਾਸੇ ਸਾਰੇ ਗਾਈਡਰ ਵਿੱਚ ਓਡੀ ਸੜਕ ਦੇ ਓਡੇ ਹੀ ਇਹ ਬਣਾ ਦਿੱਤੇ ਇਹਨਾਂ ਨੇ।